ਇਸ ਵੀਡੀਓ ਦੇ ਵਿੱਚ ਮੈਂ ਕਿਸੇ ਤਰ੍ਹਾਂ ਦਾ ਗੀਤ ਸੁਣਾ ਕੇ ਤੁਹਾਡਾ ਐਂਟਰਟੇਨਮੈਂਟ ਨਹੀਂ ਕਰਾਂਗਾ ਪਰ ਉਹ ਗੱਲ ਸਾਂਝੀ ਕਰਾਂਗਾ ਜਨੇ ਮੈਨੂੰ ਬਦਲਿਆ 4 ਸਾਲ ਪਹਿਲਾਂ ਮੈਂ ਪਿੰਡ ਗਿਆ ਮੇਰੇ ਦਾਦਾ ਜੀ ਠੀਕ ਨਹੀਂ ਸੀ 90 95 ਸਾਲ ਉਹਨਾਂ ਦੀ ਹੁਣ ਉਮਰ ਹੋ ਗਈ ਆ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਉਹਨਾਂ ਨੂੰ ਜਦੋਂ ਮੈਂ ਘਰੇ ਗਿਆ ਤਾਂ ਦਾਦਾ ਜੀ ਜਾਂਦਿਆਂ ਨੂੰ ਨਾ ਹਵੇਲੀ 'ਚ ਬੈਠੇ ਹੋਏ ਸੀਗੇ ਤੇ ਉਹ ਡਾਕਟਰ ਨੇ ਉਹਨਾਂ ਨੂੰ ਕਹਿਤਾ ਕਿ ਤੁਸੀਂ ਹੁਣ ਫਿਰਨਾ ਤੁਰਨਾ ਨਹੀਂ ਆ ਕਿ ਥੋੜੀ ਸਿਹਤ ਇਜਾਜ਼ਤ ਨਹੀਂ ਦਿੰਦੀ ਤਾਂ ਉਹ ਹਵੇਲੀ ਬੈਠੇ ਤਾਂ ਮੈਂ ਜਾ ਕੇ ਪੈਰੀ ਹੱਥ ਲਾਇਆ ਮੈਂ ਕਿਹਾ ਜੀ ਮੱਥਾ ਟੇਕ ਦਾਂ ਦਾਦਾ ਜੀ ਉਹ ਕੁਝ ਬੋਲੇ ਨਹੀਂ ਮੈਂ ਚੁੱਪ ਕੀਤਾ ਰਿਹਾ ਮੈਂ ਕੋਲ ਜਾ ਕੇ ਜਦੋਂ ਥੋੜਾ ਬਹਿ ਗਿਆ ਕੋਲ ਉਹਨਾਂ ਦੇ ਮੰਜੇ ਦੇ ਉੱਤੇ ਤਾਂ ਮੈਂ ਮਹਿਸੂਸ ਕੀਤਾ ਕਿ ਉਹ ਰੋ ਰਿਹਾ ਤਾਂ ਮੇਰੇ ਕੋਲ ਕੋਈ ਬੋਲ ਮਿਲੇ ਨਹੀਂ ਮੈਨੂੰ ਕਿ ਮੈਂ ਕਿਸ ਤਰ੍ਹਾਂ ਹੁਣ ਅੱਗੋਂ ਗੱਲ ਸ਼ੁਰੂ ਕਰਾਂ ਤਾਂ ਉਹ ਅਚਾਨਕ ਉਹ ਅੱਗੋਂ ਬੋਲ ਪਏ ਇੱਕ ਉਹ ਅੱਖਾਂ ਵਿੱਚ ਅਥਰੂ ਸੀ ਕਿ ਦੂਜਾ ਆਵਾਜ਼ ਵਿੱਚ ਭਾਰੀਪਨ ਆ ਗਿਆ ਖਰਾਸ਼ ਸੀ ਥੋੜੀ ਕਹਿੰਦੇ ਯਾਰ लवली ਮੈਂ ਆਪਣੀ ਜ਼ਿੰਦਗੀ ਦੇ 90 ਸਾਲ ਕੱਟਿਆ ਕਿੰਨੇ ਲੋਕਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਮਰਦੇ ਵੇਖਿਆ ਪਰ ਸੌਰੀ ਦਾ ਕਦੇ ਲੱਗਾ ਹੀ ਨਹੀਂ ਸੀਗਾ ਕਿ ਮੈਂ ਵੀ ਇਸ ਦੁਨੀਆ ਨੂੰ ਛੱਡ ਕੇ ਜਾਣਾ ਤੇ ਅੱਜ ਮੈਂ ਇੱਥੇ ਬੈਠਾ ਮੰਝੇ ਉੱਤੇ ਇੰਤਜ਼ਾਰ ਕਰ ਰਿਹਾ ਕਦੋਂ ਮੇਰੇ ਸਾਹ ਮੁੱਕਦੇ ਆ ਤੇ ਮੈਂ ਇੱਥੋਂ ਜਾਵਾਂ ਪਰ ਕਹਿੰਦੇ ਦੁੱਖ ਇਸ ਗੱਲ ਦਾ ਨਹੀਂ ਦੁੱਖ ਇਸ ਗੱਲ ਦਾ ਕਿ ਮੈਂ ਆਪਣੀ ਜ਼ਿੰਦਗੀ ਚ ਬਹੁਤ ਸਾਰੇ ਐਦਾਂ ਦੇ ਕੰਮ ਸਿਰਫ ਇਸ ਕਰਕੇ ਛੱਡਤੇ ਕਿ ਸੌਂਵਾਰ ਕਰਾਂਗੇ ਇੱਕ ਤਰੀਕ ਨੂੰ ਕਰਾਂਗੇ ਜਾਂ ਨਵੇਂ ਸਾਲ ਨੂੰ ਕਰਾਂਗੇ ਪਰ ਉਹ ਨਵਾਂ ਸਾਲ ਉਹ ਇੱਕ ਤਰੀਕ ਉਹ ਸੌਂਵਾਰ ਕਦੇ ਨਹੀਂ ਆਇਆ ਤੇ ਆ ਦਿਨ ਜਰੂਰ ਆ ਗਿਆ ਜਦੋਂ ਮੈਂ ਇੰਤਜ਼ਾਰ ਕਰ ਰਿਆਂ ਆਪਣੀ ਮਾਤ ਦਾ ਇਸ ਵੀਡੀਓ ਦੇ ਜ਼ਰੀਏ ਮੈਂ ਤੁਹਾਡੀ ਜ਼ਿੰਦਗੀ ਦੇ ਕੀਮਤੀ 3 ਤੋਂ 4 ਮਿੰਟ ਲੈ ਚੁੱਕਿਆ ਆਪਣਾ ਸਮਾਂ ਹੋਰ ਖਰਾਬ ਨਾ ਕਰੋ ਮੂਵ ਹੋਵੋ ਜੋ ਵੀ ਕਰਨਾ ਚਾਹੁੰਦੇ ਆ ਹੁਣੇ ਇਸੇ ਵਕਤ ਸ਼ੁਰੂ ਕਰੋ ਕੋਈ ਸੋਮਾਰ ਨਹੀਂ ਕੋਈ ਇੱਕ ਤਰੀਕ ਨਹੀਂ ਕੋਈ ਨਵਾਂ ਸਾਲ ਨਹੀਂ ਹੁਣੇ ਅੱਜ ਇਹੋ ਹੀ ਵਕਤ ਆ ਜ਼ਿੰਦਗੀ ਇੱਕ ਇੱਕ ਪਲ ਉਹਦਾ ਇਸਤੇਮਾਲ ਕਰੋ ਉਹਨੂੰ ਸਮੇਂ ਨੂੰ ਕਦੇ ਖਰਾਬ ਨਾ ਕਰੋ ਇਹ ਐਡਰ ਦੀ ਚੀਜ਼ ਆ ਜੋ ਬਿਲਕੁਲ ਨਾਨ ਰਿਫੰਡੇਬਲ ਆ ਕਦੇ ਵੀ ਵਾਪਸ ਨਹੀਂ ਆਉਣੀ ਸੋ ਜੀਓ ਖੋਲ ਕੇ ਜੀਓ ਤੇ ਆਪਣੇ ਆਪ ਨੂੰ ਥੋੜਾ ਜਿਹਾ ਪ੍ਰਾਊਡ ਫੀਲ ਹੋਣ ਦੋ ਕਿ ਯਾਰ ਵਾਕੇ ਦੁਨੀਆ ਤੇ ਆਏ ਆ ਵਾਕੇ ਅਸੀਂ ਇਸ ਧਰਤੀ ਉੱਤੇ ਜੇ ਆਇਆ ਕੁਝ ਕਰਕੇ ਜਾਣਾ ਆ ਮਿਹਨਤ ਕਰਕੇ ਜਾਣਾ ਆ ਸਰੀਰ ਮਿੱਟੀ ਆ ਇੱਕ ਦਿਨ ਖਤਮ ਹੋਣਾ ਆ ਮਾੜੇ ਸਮੇਂ 'ਚ ਕਬਰਾਉਣਾ ਕਦੇ ਨਹੀਂ ਚੰਗੇ ਸਮੇਂ 'ਚ ਪੈਰ ਨਹੀਂ ਛੱਡਣੇ ਲਵ ਯੂ ਆ ਟੇਕ ਕੇਅਰ ਤੇ ਹੁਣੇ ਜੋ ਕਰਨਾ ਹੁਣੇ ਥੈਂਕ ਯੂ ਸੋ ਮਚ